ਉਤਰਾ ਸੀ ਦੇ ਆਪਣੇ ਜਿਹਦਾ ਪੰਜਾਬ ਦੀ ਕਬੱਡੀ ਦਾ ਕਹ ਲੋ ਜਾਂ ਆਪਣੇ ਏਰੀ ਦੀ ਕਬੱਡੀ ਦਾ ਆਪਣੇ ਦਾ ਮਾਲਵੇ ਦੀ ਕਬੱਡੀ ਦਾ ਤੁਰਾ ਸੀ ਉਹਨੂੰ ਦੇਖ ਕੇ ਕਬੱਡੀ ਨੂੰ ਇੰਨਾ ਬੂਸਟ ਹੋਇਆ ਸੀਗਾ ਉਹਨੂੰ ਦੇਖ ਕੇ ਇੰਨਾ ਜਿਹੜਾ ਜੰਗ ਪਲੇ ਸੀ ਇੰਨੇ ਉੱਠੇ ਆ ਉਹਨੂੰ ਇੱਕ ਰੋਲ ਮਾਡਲ ਸਮਝ ਕੇ ਉਹ ਤੁਰਾ ਸੀਗਾ ਉਹਨੇ ਮਾਲਵੇ ਦੀ ਕਬੱਡੀ ਨੂੰ ਬਹੁਤ ਜ਼ਿਆਦਾ ਉੱਪਰ ਚੱਕਿਆ ਅਤੇ ਜਿੱਦਾਂ ਕਹਿੰਦੇ ਵੀ ਦੁੱਖ ਤਾਂ ਹੋਣੇ ਸੀ ਦੁੱਖ ਦੁੱਖ ਇਹ ਹੋਇਆ ਵੀ ਉਹ ਚਲਿਆ ਗਿਆ ਉਹ ਚਲੇ ਜਾਣ ਨਾਲ ਸਾਡੀ ਫੌਰਨ ਬਾਅਦ ਸਾਡੀ ਟੀਮ ਖਰਾਬ ਹੋ ਗਈ ਕਿਉਂਕਿ ਉਹ ਇੱਕ ਇੱਕੋ ਇੱਕ ਬੰਦਾ ਸੀ ਜਿਹੜਾ ਟੀਮ ਨੂੰ ਰਨ ਕਰਦਾ ਸੀ ਅਤੇ ਵਧੀਆ ਇਮਾਨਦਾਰੀ ਨਾਲ ਰਨ ਕਰਦਾ ਸੀਗਾ ਜੇ ਕੋਈ ਨਵਾਂ ਪਲੇਅਰ ਵੀ ਸਾਡੇ 'ਚ ਅਸੀਂ ਮੈਚ ਖੇਡਣ ਜਾਂਦੇ ਸੀਗੇ ਅਤੇ ਉਹਨੇ ਜਿੱਦਾਂ ਪੈਸੇ ਪੂਸੇ ਬੰਨੇ ਉਹਨੇ ਪਹਿਲਾਂ ਨਵੇਂ ਨੂੰ ਖਾਣੇ ਵੀ ਆਹ ਚੱਕ ਆਹ ਤੇਰਾ ਹਿੱਸਾ ਅਤੇ ਜਿੱਦਾਂ ਬਹੁਤ ਇਮਾਨਦਾਰ ਬੰਦਾ ਸੀਗਾ ਬਹੁਤ ਔਨੈਸਟ ਬੰਦਾ ਸੀਗਾ ਜੇ ਕਿਤੇ ਮਾੜਾ ਉਹ ਖੇਡ ਜਾਂਦਾ ਸੀਗਾ ਕਿਤੇ ਨਾ ਕਿਤੇ ਟੂਰਨਾਮੈਂਟ ਦੇ ਉੱਤੇ ਅਤੇ ਅਸੀਂ ਜਿਹੜੇ ਸਾਨੂੰ ਉਦੋਂ ਔਖਾ ਲੱਗਦਾ ਵੀ ਅੱਜ ਇਹ ਮਾੜਾ ਖੇਡੇਗਾ ਹੁਣ ਸਾਡੀ ਇੱਕ ਬਸਤੀ ਆਉਣੀ ਆ ਫਿਰ ਉਦੋਂ ਬਾਅਦ ਗਾਂਹ ਦੇ 7 ਦਿਨ ਵਿੱਚ ਆਪ ਇੰਨੀ ਪ੍ਰੈਕਟਿਸ ਕਰਨੀ ਵੱਧ ਵਿੱਚੋਂ ਸਾਡੀ ਲਵਾਈ ਜਾਣੀ ਅਤੇ ਜਿਹੜੀ ਮਿਹਨਤੀ ਸੀ ਬੰਦਾ ਸੀਗਾ ਅਤੇ ਜੇ ਆਪਾਂ ਉਹ ਸਾਰਾ ਲੋਕ ਕਈ ਮੈਂ ਤੁਹਾਡੇ ਆਨਸਰ ਤੁਸੀਂ ਕੁਐਸਚਨ ਕੀਤਾ ਨੀਗਾ ਜਿਹੜਾ ਮੈਂ ਤੁਹਾਨੂੰ ਕਹਿਣ ਦੱਸਣ ਲੱਗਾ ਵੀ ਕਈ ਬੰਦੇ ਬਹੁਤ ਬੈਡ ਬੈਡ ਗੱਲਾਂ ਬਾਤਾਂ ਕਰਦੇ ਅਸੀਂ ਬਥੇਰਾ ਲੋਕਾਂ ਨੂੰ ਐਕਸਪਲੇਨ ਕਰਨ ਦੀ ਟਰਾਈ ਕਰਦੇ ਵੀ ਯਾਰ ਤੁਸੀਂ ਵੀ ਬਿਨਾਂ ਕਿਸੇ ਗੱਲੋਂ ਬਾਤ ਤੋਂ ਉਹਨੂੰ ਮਿਲੇ ਨਹੀਂ ਉਹ ਤੁਸੀਂ ਦੇਖਿਆ ਵੀ ਤੁਸੀਂ ਆਹ ਗੱਲਾਂ ਕਰਨੇ ਗਲਤ ਉਹਦੇ ਬਾਰੇ ਹੈ ਨਾ ਜੇ ਮੈਂ ਤਾਂ ਇਹ ਤਾਂ ਮੈਂ ਤਾਂ ਇਹ ਮੰਨਦਾ ਵੀ ਉਹ ਬੰਦੇ ਦੇ ਵਿੱਚ ਜਿੰਨਾ ਉਹ ਸੰਪੂਰਨ ਬੰਦਾ ਸੀ ਹਰ ਪਾਸਿਓਂ ਇਮਾਨਦਾਰ ਕ੍ਰਿਕਟ ਪੱਖੋਂ ਪਲੇਅਰ ਤਾਂ ਆਪਾਂ ਨੂੰ ਪਤਾ ਸਾਰਿਆਂ ਨੂੰ ਇੱਕ ਸਿਰਫ ਉਹ 'ਚ ਘਾਟ ਸੀ ਇਕੱਲੀ ਉਮਰ ਦੀ ਉਦੋਂ ਬਿਨਾਂ ਉੱਦਾਂ ਦਾ ਮੈਂ ਨਾ ਪਲੇਅਰ ਦੇਖਿਆ ਨਾ ਉੱਦਾਂ ਓਨਾ ਸੰਪੂਰਨ ਬੰਦਾ ਦੇਖਿਆ ਇੰਨਾ ਹਰ ਕੇ ਧਰਮ ਨੂੰ ਮੰਨਣ ਵਾਲਾ ਅਤੇ ਲੋਕ ਗਲਤ ਫਲਤ ਗੱਲਾਂ ਉਹ ਜੀ ਉਹ ਤਾਂ ਆਏ ਗਲਤ ਸੀ ਉਹ ਤਾਂ ਜੇ ਗਲਤ ਸੀ ਉਹ ਤਾਂ ਬਹੁਤ ਗਲਤ ਸੀ ਉਹ ਤਾਂ ਅਸੀਂ ਜਿਹੜੇ ਅਸੀਂ ਜਿਉਂਦੇ ਹਾਂ ਮੈਂ ਤਾਂ ਕਹਿੰਦਾ ਨਾ ਵੀ ਸਾਡੀ ਟੀਮ ਦੇ ਵਿੱਚ ਮੈਂ ਗਲਤ ਹੋ ਸਕਦਾ ਇੱਕ ਦੋ ਹੋਰ ਗਲਤ ਹੋ ਸਕਦੇ ਪਰ ਉਹ ਐਜ ਏ ਕ੍ਰਿਕਟ ਜਿੰਨਾ ਵਧੀਆ ਬੰਦਾ ਉਹ ਸੀ ਓਨਾ ਵਧੀਆ ਬੰਦਾ ਹੋ ਹੀ ਨਹੀਂ ਸਕਦਾ ਕੋਈ ਅਤੇ ਲੋਕ ਕਈ ਕਹਿੰਦੇ ਉਹ ਜਿੱਦਾਂ ਉਹਦੀ ਡੈਥ ਹੋਈ ਆ ਉਹਦੇ ਲੱਡੂ ਬੰਦੇ ਮੈਂ ਤਾਂ ਅਸੀਂ ਪਹੁੰਚਦਾ ਬੰਦੇ ਨੂੰ ਕਹਿਣਾ ਕਹਿੰਦਾ ਤੁਸੀਂ ਖਾਧੇ ਲੱਡੂ ਜਿਹਨੇ ਖਾਧੇ ਸਾਡੇ ਸਾਹਮਣੇ ਆ ਕੇ ਦੱਸ ਦੇ ਵੀ ਸਾਨੂੰ ਦੱਸ ਭਾਈ ਮੈਂ ਲੱਡੂ ਖਾਧੇ ਤੁਸੀਂ ਡੈਥ 'ਤੇ ਫਲਾਣੇ ਦੇ ਬੰਦੇ ਆ ਉਹੀ ਗੱਲਾਂ ਲੋਕ ਬਣਾਈ ਜਾਂਦੇ ਆ ਅਤੇ ਦੁੱਖ ਲੱਗਦਾ ਸਾਨੂੰ ਵੀ ਜੇ ਜਿਹੜੇ ਬੰਦੇ ਇੱਦਾਂ ਦੀਆਂ ਗਲਤ ਬਲਤ ਗੱਲਾਂ ਬੋਲਦੇ ਆ ਜਾਂ ਫੈਲਾਉਂਦੇ ਆ ਪਰ ਮੈਂ ਤਾਂ ਉਹੀ ਕਹਿੰਦਾ ਵੀ ਆਪਾਂ ਸਹੁੰ ਖਾਣ ਵਾਲੀ ਗੱਲ ਵੀ ਉੱਦਾਂ ਦਾ ਬੰਦਾ ਕੋਈ ਕ੍ਰਿਕਟਰ ਦਾ ਵਧੀਆ ਬੰਦਾ ਨਹੀਂ ਹੋ ਸਕਦਾ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਬਾਈ ਵਰਗਾ ਕੋਈ ਬੰਦਾ ਨਹੀਂ ਹੋ ਸਕਦਾ ਇਕੱਠੇ ਖੇਡੇ ਹੋ ਇਕੱਠੇ ਸਮਾਂ ਬਿਤਾਇਆ ਤੁਸੀਂ ਤੇ ਭੂਤ ਬੰਗਲਾ ਜਿਸ ਨੂੰ ਕਿਹਾ ਜਾਂਦਾ ਗਾ ਤੇ ਉੱਥੇ ਮੇਲਾ ਲੱਗਦਾ ਸੀ ਤੇ ਹਰਜੀਤ ਦੀ ਡੈਥ ਤੋਂ ਬਾਅਦ ਤੇ ਉੱਥੇ ਕਿੰਨੇ ਕੁ ਪਲੇਅਰ ਰਹਿ ਗਏ ਸੀ ਉਸ ਤੋਂ ਬਾਅਦ ਅਸੀਂ ਫਿਰ ਸਾਡੀ ਸਾਲਕੀ ਟੀਮ ਚੱਲੀ ਉਦੋਂ ਬਾਅਦ 'ਚ ਫਿਰ ਜਿੱਦਾਂ ਕਹਿੰਦੇ ਵੀ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਉਹਦਾ ਉਹ ਇੱਕ ਜਿੱਦਾਂ ਉਹ ਟੀਮ ਨੂੰ ਤੋੜੀ ਜਾਂਦਾ ਸੀਗਾ ਉਹਦਾ ਕਰਕੇ ਕਹਿ ਲਾ ਜੇ ਕੋਈ ਬੰਦਾ ਕੋਈ ਮਾੜੇ ਬੰਦੇ ਵੀ ਟੀਮ 'ਚ ਹੁੰਦੇ ਚੰਗੇ ਵੀ ਹੁੰਦੇ ਆ ਪਰ ਜਿਹੜੇ ਜਿਹੜੇ ਚੰਗੇ ਤਾਂ ਚੰਗੇ ਹੈਗੇ ਜਿਹੜੇ ਮਾੜੇ ਵੀ ਫਿਰ ਮਾੜੇ ਵੀ ਚੰਗੇ ਬਣ ਗਏ ਜਦੋਂ ਪਤਾ ਮੂਹਰੇ ਉੱਤੇ ਬੰਦਾ ਬੈਠਾ ਕੋਈ ਵੀ ਵਧੀਆ ਢੰਗ ਨਾਲ ਰਨ ਕਰਦਾ ਕਿਸੇ ਚੀਜ਼ ਨੂੰ ਇਮਾਨਦਾਰੀ ਨਾਲ ਰਨ ਕਰਦਾ ਹੈ ਨਾ ਅਤੇ ਉਹ ਸਾਡੀ ਟੀਮ ਤੁਰੀ ਹੁੰਦੀ ਵੀ ਜਦੋਂ ਫਿਰ ਉਹ ਪੂਰਾ ਹੋ ਗਿਆ ਅਤੇ ਉਦੋਂ ਬਾਅਦ 'ਚ ਜਿੱਦਾਂ ਕਹਿੰਦੀ ਵੀ ਇੱਕ ਤਾਂ ਉਹਦਾ ਖਿੰਡ ਜੇ ਗਿਆ ਕੰਮ ਆਪੋ ਤਾਂ ਆਪ ਜੀ ਹੋ ਗਈ ਬੰਦਿਆਂ ਨੂੰ ਹੈ ਨਾ ਫਿਰ ਸਾਨੂੰ ਇੱਦਾਂ ਲੱਗਾ ਸੀਗਾ ਵੀ ਲੋਟ ਨਹੀਂ ਆਉਣਾ ਕੰਮ ਫਿਰ ਅਸੀਂ ਉਦੋਂ ਬਾਅਦ 'ਚ ਤਾਂ ਜੁੜਾਉਣ ਦੀ ਟੀਮ ਲਾ ਲਈ ਹਰਜੀਤ ਤਲਵਾਰ ਕਲੱਬ ਵੀ ਇੱਧਰ ਮੁੰਡੇ ਸਾਹਮਣੇ ਜੀ ਅੱਧੇ ਕੁ ਮੁੰਡੇ ਉਹਨਾਂ 'ਚ ਸਾਡੇ ਅਸੀਂ ਇਕੱਠੇ ਆ ਗਏ ਜੀ ਮੈਂ ਗੁਰਮੀਤ ਬੰਬੀ ਹੈ ਗੁਰਮੀਤ ਗੁੱਸੇ ਵਾਲਾ ਕੋਮਲ ਗੁੱਸੇ ਵਾਲਾ ਗੱਗੀ ਆ ਗਿਆ ਸਾਡੇ ਨਾਲ ਫਿਰ ਇੱਧਰੋਂ ਮੁੰਡੇ ਆਪਣੇ ਗੁੱਕ ਹੋਣੀ ਗੁਲਜ਼ਾਰ ਹੋਣੀ ਸਤਵਾ ਸਾਰਾ ਗਰੁੱਪ ਫਿਰ ਸਾਡੀ ਅਸੀਂ ਇੱਧਰ ਟੀਮ ਲਾ ਲਈ ਹਾਂ ਅਜਮੇਰ ਜਲਾਲ ਉੱਧਰੋਂ ਸਾਡੇ ਨਾਲ ਆ ਗਿਆ ਕਿਉਂਕਿ ਉਹਨਾਂ ਨੇ ਸਾਡਾ ਪਿਆਰ ਬਹੁਤ ਸੀਗਾ ਉਹ ਫਿਰ ਉੱਧਰ ਨਹੀਂ ਗਿਆ ਗਾ ਉੱਧਰ ਫਿਰ ਉੱਧਰ ਥੋੜ੍ਹੇ ਘੱਟ ਬੰਦੇ ਰਹਿ ਗਏ ਅਤੇ ਫਿਰ ਅਸੀਂ ਇੱਧਰ ਆ ਗਏ ਸੀਗੇ ਫਿਰ ਜਲਾਲ ਦੀ ਬਣਾ ਲਈ ਸੀ ਟੀਮ ਉਦੋਂ ਬਾਅਦ 'ਚ